जिन्ना चिर तीन कानून रद्द नहीं होंगे उन्ना चिर इतने लंगर 24 घंटे चलूगा। सरकार हाले भी अपनी अड़ी से कहते कानून वापस नहीं होंगे, संशोधन जिन्ना मर्जी करो। ਅਸੀਂ ਬਿਨਾਂ ਹੱਕ ਲੈ ਤੋਂ ਜਾਣਾ ਹੀ ਨਹੀਂ, ਜਿੰਨਾ ਚਿਰ ਅਸੀਂ ਆਪਣੇ ਹੱਕ ਨਹੀਂ ਲੈਂਦੇ ਇੱਥੇ ਮਰਾਂਗੇ ਇੱਥੇ ਜੀਵਾਂਗੇ। ਟਾਲੀਆਂ ਸਾਡੀਆਂ ਹੁਣ ਫੋਨ 'ਤੇ ਫੋਨ ਖੜਕੀ ਜਾਂਦੇ ਵੀ ਆ ਚੱਲ ਰਹੀਆਂ, ਇੱਥੇ ਜਿੱਦਾਂ ਦੇ ਮਰਜ਼ੀ ਫਲ ਖਾਓ, ਤੁਸੀਂ ਖਾਓ, ਖੀਰ ਖਾਓ, ਹਲਵਾ ਖਾਓ, ਕੜਾਹ ਖਾਓ, ਕਿਸੇ ਗੱਲ ਦੀ ਕਮੀ ਕਿਸੇ ਗੱਲ ਦੀ ਨਹੀਂ। ਫਲ ਖਾਣੇ ਫਲ ਖਾਓ, ਸਾਡਾ ਤਾਂ ਖਾ ਖਾ ਕੇ ਆਫਰ ਕੇ ਤੇ ਸਵੀਰਾ ਜਿਹੜੀਆਂ ਉਹ ਗਾਜੀਪੁਰ ਬਾਰਡਰ ਦੀਆਂ ਹੈ, ਯੂਪੀ ਅਤੇ ਦਿੱਲੀ ਨੂੰ ਆਪਸ ਦੇ ਵਿੱਚ ਜੋੜਦਾ ਹੈ ਹਾਈਵੇ। ਸਾਡੇ ਨਾਲ ਕੁਛ ਵੀਰ ਨੇ, ਇਹਨਾਂ ਵੱਲੋਂ ਲੰਗਰ ਲਗਾਇਆ ਗਿਆ ਹੈ, ਕੜੀ ਚੌਲ ਦਾ ਲੰਗਰ ਜਿਹੜਾ ਇਹਨਾਂ ਵੱਲੋਂ ਚਲਾਇਆ ਜਾ ਰਿਹਾ ਹੈ। ਕਿੱਥੋਂ ਆਏ ਹੋ, ਕੀ ਨਾਮ ਹੈ ਤੁਹਾਡਾ, ਆਪਣੇ ਬਾਰੇ ਥੋੜ੍ਹਾ ਸਾਹਿਬ? ਬਾਬਾ ਜਗਿੰਦਰ ਸਿੰਘ, ਉਹਨਾਂ ਨੇ ਘਲਾਇਆ ਇੱਥੇ ਲੰਗਰ ਦੀ ਸੇਵਾ ਕਰੋ ਗਾਜੀਪੁਰ ਬਾਰਡਰ 'ਤੇ, ਜਿੰਨਾ ਚਿਰ ਤਿੰਨ ਕਾਨੂੰਨ ਇਹ ਰੱਦ ਨਹੀਂ ਹੁੰਦੇ ਉਹਨਾਂ ਚਿਰ ਇੱਥੇ ਲੰਗਰ 24 ਘੰਟੇ ਚੱਲੂਗਾ। ਕਦੋਂ ਆਏ ਹੋ ਤੁਸੀਂ ਅਤੇ ਕੀ ਮਿੱਥ ਕੇ ਆਏ ਹੋ ਕਿ ਸਾਥ ਦੇਣਾ ਹੈ ਕਿਸਾਨਾਂ ਦਾ ਜਾਂ ਫਿਰ ਰੋਹ ਇੰਨਾ ਸੀਗਾ ਸਰਕਾਰ ਦੇ? ਕਿਸਾਨਾਂ ਦਾ ਸਾਥ ਦੇਣਾ ਸਰਕਾਰ ਦੇ ਬਰਖਲਾਫ ਵੀ ਬਹੁਤ ਗੁੱਸਾ, ਬਾਕੀ ਤਿੰਨ ਕਾਨੂੰਨ ਇਹਨਾਂ ਗਲਤ ਬਣਾਏ ਆ। ਬਾਕੀ ਜਿੰਨਾ ਚਿਰ ਵੀ ਇਹ ਸਾਨੂੰ 10 ਦਿਨ ਹੋ ਗਏ ਅੱਜ, ਜਿੰਨਾ ਦਿਨ ਵੀ ਇਹ ਚੱਲੂਗਾ ਸੰਘਰਸ਼ ਚੱਲੂਗਾ ਕਿਸਾਨ ਕਮੇਟੀ ਵਾਲਿਆਂ ਦਾ, ਉਹਨਾਂ ਚਿਰ ਅਸੀਂ ਨਾਲ ਹੀ ਹਾਂ ਸਾਰੇ, ਸੋ ਉਹਨਾਂ ਚਿਰ ਪੂਰੀ ਲੰਗਰ ਦੀ ਸੇਵਾ ਸੰਗਤ ਦੀ ਪੂਰੀ ਸੇਵਾ ਕਰਾਂਗੇ। ਲਗਾਤਾਰ ਅੱਜ 19ਵਾਂ ਦਿਨ ਹੋ ਚੁੱਕਾ ਹੈ ਦਿੱਲੀ ਦੀਆਂ ਵੱਖ ਵੱਖ ਸਰਹੱਦਾਂ ਦੇ ਉੱਤੇ 2 ਮਹੀਨੇ ਤੋਂ ਵੱਧ ਪ੍ਰਦਰਸ਼ਨ ਜਿਹੜਾ ਉਹ ਦਿੱਲੀ ਤੋਂ ਬਾਹਰ ਵੀ ਵੱਖ ਵੱਖ ਸੂਬਿਆਂ ਦੇ ਵਿੱਚ ਪੰਜਾਬ ਸਣੇ ਹੋਰ ਚੱਲਿਆ, ਪਰ ਤੁਸੀਂ ਕੀ ਸਮਝਦੇ ਹੋ ਕਿ ਸਰਕਾਰ ਹਾਲੇ ਵੀ ਆਪਣੀ ਅੜੀ 'ਤੇ ਉਹ ਕਹਿੰਦੇ ਕਾਨੂੰਨ ਵਾਪਸ ਨਹੀਂ ਹੋਣਗੇ, ਸੰਸ਼ੋਧਨ ਜਿੰਨਾ ਮਰਜ਼ੀ ਕਰਵਾ ਲਓ? ਜੋ ਹੋਰ ਕੋਈ ਫਾਇਦਾ ਨਹੀਂ ਕੁਛ ਵੀ ਕਰਨ ਦਾ, ਰੱਦ ਹੀ ਕਰਨ। ਕਿਤਨੇ ਸਾਰੀ ਨੇ ਮੰਗ ਗਿਆ, ਸਾਰੇ ਕਿਸਾਨਾਂ ਭਰਾਵਾਂ ਦੀ ਵੀਰਾਂ ਦੀ ਇਹੋ ਹੀ ਬੇਨਤੀ ਹੈ ਵੀ ਇਹਨੂੰ ਰੱਦ ਕਰੋ, ਜੇ ਨਹੀਂ ਰੱਦ ਕਰਨਗੇ ਕੋਈ ਰਾਜੀ ਨਹੀਂ, ਕੋਈ ਕੁਛ ਨਹੀਂ, ਗੁੱਸਾ ਹੀ ਗੁੱਸਾ ਹੈ ਵੀ ਉਹਨਾਂ ਚਿਰ ਤੱਕ ਨਹੀਂ ਚੁੱਪ ਕਰਕੇ ਬਵਾਂਗੇ, ਜਿੰਨਾ ਚਿਰ ਬਾਰਡਰਾਂ ਤੋਂ ਨਹੀਂ ਹਟਾਂਗੇ, ਜਿਹੜੇ ਰਸਤੇ ਰਹਿ ਗਏ ਉਹੀ ਸਾਰੀ ਸੰਗਤ ਬੰਦ ਕਰੂਗੀ, ਸਾਰੇ ਕਿਸਾਨ ਬੰਦ ਕਰਨਗੇ। ਬਾਪੂ ਜੀ ਕਿੱਥੋਂ ਆਏ ਹੋ? ਅਸੀਂ ਪੀਰ ਜ਼ਿਲ੍ਹੇ ਚੋਂ ਆਏ ਹਾਂ ਜੀ। ਹਾਂਜੀ, ਕੀ ਸਮਝਦੇ ਹੋ ਜਿਹੜੇ ਖੇਤੀ ਕਾਨੂੰਨ ਨੇ? ਅਸੀਂ ਬਿਨਾਂ ਹੱਕ ਲੈ ਤੋਂ ਜਾਣਾ ਹੀ ਨਹੀਂ, ਭਾਵੇਂ ਸਾਨੂੰ 6 ਮਹੀਨੇ ਲੱਗ ਜਾਣ, ਅਸੀਂ ਦਿੱਲੀ ਨੂੰ ਪੂਰਾ ਰੋਕਾਂਗੇ, ਅਸੀਂ ਸਿਰਫ ਸਬਜ਼ੀਆਂ ਜਾਣ ਦਾਂਗੇ, ਸਾਡੇ ਨਾਲ ਦਿੱਲੀ ਦਾ ਮੁੱਖ ਮੰਤਰੀ ਸਾਡੇ ਨਾਲ ਆ, ਅਸੀਂ ਦਿੱਲੀ ਦੇ ਉਹਦੇ ਅੰਡਰ 'ਚ ਚੱਲਾਂਗੇ ਜਿਹੜੀਆਂ ਸਬਜ਼ੀਆਂ ਜਾਣਗੀਆਂ। ਬਾਕੀ ਜੇ ਕੋਈ ਸਾਨੂੰ ਕਹੇ ਇੱਥੋਂ ਉੱਠ ਕੇ ਚੱਲ ਜਾਓ, ਤਾਂ ਸਾਨੂੰ ਜਿੰਨਾ ਚਿਰ ਅਸੀਂ ਆਪਣੇ ਹੱਕ ਨਹੀਂ ਲੈਂਦੇ ਇੱਥੇ ਮਰਾਂਗੇ ਇੱਥੇ ਜੀਵਾਂਗੇ। ਅਸੀਂ ਇੱਥੇ 24 ਤਰੀਕ ਪਿਛਲੇ ਦੀ ਅਸੀਂ ਆਏ ਹਾਂ ਜੀ, ਪਿਛਲੇ ਦੀ 5-6 ਤਰੀਕ ਤੋਂ ਪਹਿਲਾਂ ਬੈਠੇ ਇੱਥੇ, ਅਸੀਂ ਪਹਿਲਾਂ ਬਰਾੜੀ ਰਹੇ ਹਾਂ, ਉਦੋਂ ਬਾਅਦ ਅਸੀਂ ਪੰਜਾਬ ਵਾਲੇ ਬਾਰਡਰ 'ਤੇ ਰਹੇ ਹਾਂ, ਅਸੀਂ 3 ਤਰੀਕ ਦੇ ਇੱਥੋਂ ਆ ਕੇ ਜਾਮ ਲਾਇਆ, ਬਿਲਕੁਲ ਅਸੀਂ ਡੱਟ ਕੇ ਬਿਲਕੁਲ ਆ, ਸਾਡੀਆਂ ਟਰਾਲੀਆਂ ਪਿੱਛੋਂ ਚਲੀ ਆਉਣੀਆਂ ਅਤੇ ਦਵਾ ਦਵ ਇਹ 14 ਤਰੀਕ ਤੱਕ ਸ਼ਾਦੀਆਂ ਸੀ ਸਾਡੀਆਂ, 14 ਤਰੀਕ ਦੀਆਂ ਸਿੱਖਾਂ ਦੀਆਂ ਸ਼ਾਦੀਆਂ ਖਤਮ ਹੋ ਚੁੱਕੀਆਂ, ਟਰਾਲੀਆਂ ਸਾਡੀਆਂ ਹੁਣ ਫੋਨ 'ਤੇ ਫੋਨ ਖੜਕੀ ਜਾਂਦੇ ਵੀ ਆ ਚੱਲ ਰਹੀਆਂ, ਅਸੀਂ ਹੋਰ ਵੀ ਫੋਨ 'ਤੇ ਫੋਨ ਖੜਕਾਈ ਜਾਂਦੇ ਵੀ ਫਟਾਫਟ ਚੱਲ ਕੇ ਬਾਰਡਰ 'ਤੇ ਆ ਜਾਓ, ਸਾਡਾ ਬਾਰਡਰ ਘੱਟੋ ਘੱਟ 15 ਕਿਲੋਮੀਟਰ ਹੋਰ ਵੱਧ ਚੁੱਕਾ, ਅਸੀਂ ਜੇ ਹੱਕ ਆਪਣੇ ਲੈ ਕੇ ਤਾਂ ਫਿਰ ਉੱਠਾਂਗੇ, ਅਸੀਂ ਉੱਠਦੇ ਨਹੀਂ ਉਹਨਾਂ 'ਚ ਜਿੰਨਾ ਚਿਰ ਜਿੰਨਾ ਮਰਜ਼ੀ ਜ਼ੋਰ ਲਾ ਲਏ ਮੋਦੀ, ਅਸੀਂ ਬਿਲਕੁਲ ਸੀਨਾ ਤਾਣ ਕੇ ਅਸੀਂ ਜਿੰਨਾ ਚਿਰ ਉੱਥੇ ਜੰਤਰ ਮੰਤਰ 'ਚ ਨਹੀਂ ਜਾਂਦੇ, ਅਸੀਂ ਦੱਸ ਕੇ ਜਾਵਾਂਗੇ ਉਹਨੂੰ ਵੀ ਅੱਜ ਅਸੀਂ ਚੜ੍ਹਾਈ ਕਰਨੀ, ਅਸੀਂ ਜੰਤਰ ਮੰਤਰ 'ਤੇ ਜਾਵਾਂਗੇ, ਬਾਕੀ ਅਸੀਂ ਕਿਸੇ ਦਾ ਸਾਡਾ ਵਿਰੋਧ ਨਹੀਂ, ਸਾਡੇ ਬਾਬੇ ਸਾਰੇ ਇੱਥੇ ਆਣ ਪਹੁੰਚੇ ਆ, ਲੰਗਰ ਦੀ ਵਿਵਸਥਾ ਸਭ ਆ, ਆਹ ਜਿਹੜੇ ਸਾਡੇ ਫੌਜੀ ਭਰਾ ਆ ਇਹ ਵੀ ਸਾਡੇ ਭਰਾ ਆ, ਇਹ ਵੀ ਕਿਸਾਨਾਂ ਦੇ ਬੱਚੇ ਆ, ਇਹ ਵੀ ਸਾਡੇ ਨਾਲ ਹੀ ਆ, ਮੋਦੀ ਕਹੇ ਮੋਦੀ ਨਾਲ ਨਹੀਂ ਗੇ। ਹਾਂਜੀ, ਅੱਛਾ ਇੱਕ ਚੀਜ਼ ਹੈ, ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਕਿ ਅਸੀਂ ਦਿੱਲੀ ਵੱਲ ਕੂਚ ਨਹੀਂ ਕਰਨਾ, ਅਸੀਂ ਦਿੱਲੀ ਦੇ ਬਾਰਡਰ ਜਿਹੜੇ ਉਹ ਸੀਲ ਕਰਨੇ, ਕੀ ਉਹਨਾਂ ਦਾ ਸਾਥ ਦਓਗੇ ਉਹਨਾਂ ਦੇ ਨਾਲ? ਅਸੀਂ ਸਾਥ ਛੱਡ ਕੇ ਹੁਣ ਅਸੀਂ ਛਾਤੀਆਂ ਤਾਣ ਕੇ ਗਾੜੀ ਹੋ ਗਏ, ਸਾਡੇ ਬੰਦਿਆਂ ਨੇ ਰੋਕਿਆ ਨਹੀਂ, ਜੇ ਅਸੀਂ ਤਾਂ ਸੰਦੇਸ਼ ਪਹੁੰਚਾ ਦਿੱਤਾ ਉੱਥੇ ਵੀ ਅਸੀਂ ਛਾਤੀਆਂ ਤਾੜ ਕੇ ਮਰਨ ਤੱਕ ਆ ਗਏ ਹਾਂ, ਐਵੇਂ ਤਾਂ ਅੰਗਰੇਜ਼ਾਂ ਦਾ ਵੀ ਵੇਖਿਆ ਜੀ, ਮੈਂ ਤਾਂ ਘੱਟੋ ਘੱਟ ਮੈਂ 80-85 ਤੋਂ ਤਾਂ ਚੱਲਣ ਡਿਆ, ਮੈਨੂੰ ਤਾਂ ਦਾਦੇ ਦੀ ਮਿਹਰ ਆ, ਅਤੇ ਮੈਨੂੰ ਤਾਂ ਘਰ ਕੰਮ ਕਰ ਨਹੀਂ ਦਿੰਦੇ, ਮੈਂ ਤਾਂ ਕੰਮ ਹੀ ਇਹੋ ਕਰਦਾ, ਮੈਂ ਤਾਂ ਭੀਮਸੋ ਦੇ ਨਾਲ ਆ ਜੀ, ਜਦੋਂ ਸ਼ੁਰੂ ਤੋਂ ਭੀਮਸੋ ਦੇ ਸਾਡਾ ਉੱਥੇ ਯੂਪੀ ਦੇ ਵਿੱਚ ਜਾ ਕੇ ਸਾਨੂੰ ਰੇਲ ਰੋਕੀ, ਅਸੀਂ ਉਦੋਂ ਦੇ ਉਹਦੇ ਨਾਲ ਆ, ਬਿਲਕੁਲ ਡਟ ਕੇ ਨਾਲ ਆ, ਰੇਲ ਰੋਕ ਛੱਡੀ ਸੀ 13 ਘੰਟੇ ਰੇਲ ਰੋਕ ਛੱਡੀ ਸੀ। ਅੱਜ ਭੁੱਖ ਹੜਤਾਲ 'ਤੇ ਨੇ ਕਿਸਾਨ ਜਿਹੜੇ ਨੇ, ਉਹ ਅੱਜ ਸਾਰਾ ਦਿਨ ਭੁੱਖ ਹੜਤਾਲ 'ਤੇ ਨੇ? ਨਹੀਂ ਜੀ, ਭੁੱਖ ਹੜਤਾਲ ਦਾ ਸਾਰੇ ਅਸੀਂ ਮਜ਼ਬੂਤੀ ਕਰਕੇ ਦੱਸਾਂਗੇ, ਜਦੋਂ ਬਾਬੇ ਸਾਡੇ ਲੰਗਰ ਵਾਧੂ ਕਰੀ ਜਾਂਦੇ ਤਾਂ ਅਸੀਂ ਭੁੱਖ ਹੜਤਾਲ ਨੂੰ ਕਿਉਂ ਰੱਖੀਏ, ਅਸੀਂ ਇੱਥੇ ਕੋਈ ਮਰਨ ਥੋੜ੍ਹੀ ਆਏ ਹਾਂ, ਅਸੀਂ ਇੱਥੇ ਮਰਨ ਨਹੀਂ ਆਏ, ਅਸੀਂ ਭੁੱਖ ਹੜਤਾਲ ਉਦੋਂ ਕਰਾਂਗੇ ਜਦੋਂ ਸਾਡੇ ਕੋਲ ਮੁੱਕ ਜੂ, ਅੱਜ ਤਾਂ ਸਾਨੂੰ ਬਾਬੇ ਨਹੀਂ ਵਾਰ ਆਉਂਦੇ ਨੇ, ਇੱਥੇ ਜਿੱਦਾਂ ਦੇ ਮਰਜ਼ੀ ਫਲ ਖਾਓ, ਤੁਸੀਂ ਖਾਓ, ਖੀਰ ਖਾਓ, ਹਲਵਾ ਖਾਓ, ਕੜਾਹ ਖਾਓ, ਕਿਸੇ ਗੱਲ ਦੀ ਕਮੀ ਕਿਸੇ ਗੱਲ ਦੀ ਨਹੀਂ, ਫਲ ਖਾਣੇ ਫਲ ਖਾਓ, ਸਾਡਾ ਤਾਂ ਖਾ ਖਾ ਕੇ ਆਫਰ ਕੇ ਟੇਡ, ਅਸੀਂ ਤਾਂ ਛੱਡ ਕੇ ਸਾਡਾ ਮਨ ਭਰ ਚੁੱਕਾ, ਬਾਕੀ ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ।
ये गाजीपुर बॉर्डर दी जो तस्वीर सगिया जो तुम अं दिखा रहे हैं तो लगातार संघर्ष जोड़ा वो जारी है। तो बापू जी वालों दसया गया कि यह संघर्ष जोड़ा वा उद तक जारी रहेगा जब तक ये खेती कानून जोड़े वापस नहीं हो जाते। कहते असी संशोधन करने बिल्कुल तैयार नहीं गए। बाकी उन्होंने किसानों की जी अब भुख हड़ताल जारी है किसान आगुआ वालों उसू लैके भी उन्होंने गलबात की। तो उन्होंने स्पष्ट किया कि असी भुख हड़ताल नहीं करा असी साढ़े को राशन पिया है तो असी खावे तो इन्हों लड़ा।